ਜੀਨਵਾਲ ਬੱਬਰੀ ਖੜੇ ਆ ਇੱਥੇ, ਆ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਆ ਪਿੱਛੇ, ਇੱਥੇ ਕਾਫੀ ਡੂੰਘੇ ਟੋਏ ਪੈ ਗਏ ਆ। ਔਰ ਮੈਂ ਕੱਲ ਪਰਸੋਂ ਵੀ ਦੇਖਿਆ ਇੱਥੇ ਇੱਕ ਆਟੋ ਪਲਟਿਆ ਸੀਗਾ ਤੇ ਕਾਫੀ ਇਨਸੀਡੈਂਟ ਹੋਏ ਨੇ। ਜਿਹੜੀ ਟੈਕਨੀਕਲੀ ਪ੍ਰੋਬਲਮ ਹੈ ਕਿ ਜਿਹੜੀ ਜਗ੍ਹਾ ਮਨਪ੍ਰੀਤ ਸਿੰਘ ਅੱਗੇ ਉਹਨਾਂ ਦੀ ਜਗ੍ਹਾ ਆ ਜਿਹੜੀ ਕਿ ਅਜੇ ਐਕਵਾਇਰ ਨਹੀਂ ਹੋਈ ਤੇ ਉਹਨਾਂ ਨੂੰ ਪੈਸੇ ਨਹੀਂ ਮਿਲੇ, ਜਿਹਦੇ ਕਾਰਨ ਨੈਸ਼ਨਲ ਹਾਈਵੇ ਜਿਹੜਾ ਕੰਮ ਨਹੀਂ ਲਾ ਸਕਦਾ। ਔਰ ਮੈਂ SDM ਸਾਹਿਬ ਨਾਲ ਤੇ ਸਾਰੇ ਅਫਸਰਾਂ ਨਾਲ ਗੱਲ ਕਰਕੇ ਉਹਦਾ ਜਿਹੜਾ ਕੇਸ ਸੀਗਾ ਉਹਨੂੰ ਪਰਸਿਊ ਵੀ ਕੀਤਾ। ਔਰ ਇਨ ਬਿਟਵੀਨ ਜੋ ਪਿੱਛੇ ਇੱਥੇ ਇੰਸੀਡੈਂਟ ਹੋਇਆ ਕਿ ਵਿਰੋਧੀ ਪਾਰਟੀ ਵੱਲੋਂ ਆ ਕੇ ਤੇ ਨੈਸ਼ਨਲ ਹਾਈਵੇ ਤੇ ਰਾਤ ਬਹਿ ਗਏ ਤੇ ਆ ਕੇ ਧਰਨਾ ਦੇ ਦਿੱਤਾ ਤੇ ਪਾਣੀ ਜਿਹੜਾ ਇਹਨਾਂ ਨੇ ਧੱਕੇ ਨਾਲ ਕੱਢਤਾ। ਉਸ ਤੋਂ ਬਾਅਦ ਦੇਖੋ ਧੱਕੇ ਨਾਲ ਪਾਣੀ ਕੋਈ ਨਾ ਕੱਢ ਸਕਦਾ ਤੇ ਨਾ ਕੋਈ ਐਡਾ ਕੋਈ ਚੂੜੀਆਂ ਪਾਈਆਂ ਕਿਸੇ ਨੇ ਕਿ ਕੋਈ ਧੱਕਾ ਕਰੇਗਾ ਤੇ ਸਹਿਲੇਗਾ। ਜਦੋਂ ਉਹਨਾਂ ਨੇ ਪਾਣੀ ਦੁਬਾਰਾ ਬੰਦ ਕੀਤਾ ਤੇ ਇੱਥੇ ਸਾਡੇ ਆ ਕਿਸਾਨ ਭਰਾ ਨੇ ਨਾਲ ਇਹਨਾਂ ਦੀਆਂ ਜ਼ਮੀਨਾਂ ਮੂਲੀਆਂ ਬੀਜੀਆਂ ਸਾਰੀ ਫਸਲ ਇਹਨਾਂ ਦੇ, ਹੁਣ ਪਾਣੀ ਇਹਨਾਂ ਦੇ ਪੈ ਰਿਹਾ, ਖਰਾਬ ਹੋ ਰਹੀਆਂ ਉਹਨਾਂ ਦੀ ਫਸਲ ਵੀ ਤੇ ਲੋਕ ਵੀ ਡਿੱਗ ਰਹੇ ਆ ਬਾਰ ਬਾਰ। ਸੋ ਇਹਦੇ ਕਰਕੇ ਮੈਂ ਸਰਦਾਰ ਬਲਵਿੰਦਰ ਸਿੰਘ ਜੀ ਆ ਧੀਰੇ ਹੋਣੀ ਆ ਸਾਰੇ ਹੀ ਦੋਨਾਂ ਨਗਰਾਂ ਦੇ ਜਿਹੜੇ ਮੋਤਵਾਰ ਪ੍ਰਧਾਨਤੇ ਸੀ ਇਹਨਾਂ ਨੇ ਤਕਰੀਬਨ ਮੇਰੇ ਕੋਲ 300 ਬੰਦੇ ਦੇ ਸਾਈਨ ਕਰਕੇ ਦੋਵਾਂ ਪਿੰਡਾਂ ਨੇ ਦਿੱਤੇ ਆ ਕਿ ਸਾਡਾ ਜਿਹੜਾ ਇਹ ਮਸਲਾ ਤੁਰੰਤ ਹੱਲ ਕਰਾਓ। ਔਰ ਜਦੋਂ ਸੰਗਤ ਦੇ ਰੂਪ ਦੇ ਵਿੱਚ ਹੁਕਮ ਹੋ ਜਾਏ ਨਾ ਕਿਸੇ ਨੂੰ ਤਾਂ ਮੈਂ ਕਦੀ ਉਹ ਮੋੜਿਆ ਨਹੀਂ। ਅਤੇ ਸੰਗਤ ਨੇ ਮੈਨੂੰ ਹੁਕਮ ਕੀਤਾ ਵੀ ਜੋ ਮਰਜ਼ੀ ਕਰੋ ਇਹ ਤੁਹਾਡੇ ਤੋਂ ਹੱਲ ਕਰਾਉਣਾ, ਅਤੇ ਮੈਂ ਮਨਪ੍ਰੀਤ ਨਾਲ ਗੱਲ ਕਰਕੇ ਔਰ ਉਹਨੂੰ ਮੈਂ ਕਿਹਾ ਵੀ ਕੋਈ ਗੱਲ ਨਹੀਂ, ਮੈਂ ਤੇਰਾ ਜਿਹੜਾ ਕੇਸ ਆ ਉਹਦੇ 'ਤੇ ਲੱਗਾ ਹੋਇਆ, ਹੱਲ ਹੋ ਜੂਗਾ, ਪਰ ਅਸੀਂ ਪਾਣੀ ਨੂੰ ਜ਼ਰੂਰ ਇੱਧਰੋਂ ਕੱਢ ਦਈਏ ਤਾਂ ਕਿ ਲੋਕ ਐਕਸੀਡੈਂਟ ਹੋ ਰਹੇ ਆ, ਕੋਈ ਮਿਸਹੈਪਨਿੰਗਾਂ ਹੋ ਰਹੀਆਂ। ਸੋ ਇਸ ਕਰਕੇ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਮਨਪ੍ਰੀਤ ਦਾ ਧੰਨਵਾਦ ਕਰਦਾ ਕਿ ਜਿਹਨੇ ਮੇਰੇ ਕਹਿਣ 'ਤੇ ਆਖੇ ਲੱਗਿਆ ਔਰ ਇਹ ਕੰਮ ਉਹਨੇ ਕਿਹਾ ਵੀ ਕਰਵਾ ਲਓ, ਜਿੱਦਾਂ ਤੁਸੀਂ ਕਹਿੰਦੇ ਹੋ ਕਰ ਲਓ। ਇਹੀ ਗੱਲ ਜੇ ਕਿਤੇ ਪਹਿਲਾਂ ਹੋਈ ਹੁੰਦੀ ਕਿ ਸੰਗਤ ਦੇ ਰੂਪ 'ਚ ਸਾਰੇ ਜਣੇ ਇਹੀ ਕਹਿੰਦੇ ਤੇ ਇਹਨੂੰ ਵੀ ਕਹਿੰਦੇ ਤੇ ਕੋਈ ਐਡਾ ਵੀ ਨਹੀਂ ਹੈਗਾ ਵੀ ਅੱਗੇ ਵੀ ਪਹਿਲਾਂ ਮੇਰੇ ਖਿਆਲ ਕਿੰਨਾ 10 ਸਾਲ ਪਾਣੀ ਇਹਦੇ ਪਲਾਟ 'ਚ ਪੈਂਦਾ ਰਿਹਾ, ਉਦੋਂ ਵੀ ਇਹਨੇ ਪਵਾਇਆ ਪਾਣੀ। ਪਰ ਜਿਹੜੀ ਉਹ ਕੁਝ ਹੀ ਰਾਜਨੀਤੀ ਕਰਨ ਵਾਸਤੇ ਇੱਥੇ ਹਾਈਵੇ 'ਤੇ ਬਹਿ ਗਏ ਸੀਗੇ ਉਹ ਲੋਕ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇੱਕ ਦਿਨ ਲਈ ਤੇ ਤੁਸੀਂ ਉੱਥੇ 15 ਮਿੰਟ ਲਈ ਬਹਿ ਗਏ ਤੇ ਤਮਾਸ਼ਾ ਕਰਕੇ ਤੇ ਲੋਕ ਚਲੇ ਗਏ ਤੇ ਉਹ ਪਾਣੀ ਉੱਥੇ ਦਾ ਉੱਥੇ ਆ, ਲੋਕ ਡਿੱਗ ਰਹੇ ਆ, ਜਾਂ ਤੇ ਫਿਰ ਜੇ ਬੈਠੇ ਜੀ ਧਰਨਾ ਲਾ ਕੇ ਤੇ ਫਿਰ ਇਹਦਾ ਪਰਮਾਨੈਂਟ ਹੱਲ ਵੀ ਕੱਢ ਕੇ ਦਿੰਦੇ, ਪਰ ਉਹ ਨਹੀਂ ਕੱਢ ਸਕੇ। ਗਾੜੀ ਛੱਪੜ ਤੇ ਕਬਜ਼ਾ ਉਹ ਵੀ ਇਹਨਾਂ ਨੇ ਛਡਾਇਆ, ਛੱਪੜ ਛਡਾਉਣ ਉਹਨੂੰ ਛੱਪੜ ਨੂੰ ਬਣਾਈਏ ਡੂੰਘਾ ਕਰਕੇ ਆ ਪਾਣੀ ਸਾਰਾ ਉਹਦੇ ਸੁੱਟੀਏ, ਪਰ ਨਹੀਂ ਕਰਨੀ ਰਾਜਨੀਤੀ ਆ। ਪਰ ਰਾਜਨੀਤੀ ਕਿਸਮਤ 'ਚ ਹੈ ਨਹੀਂ ਇਹਨਾਂ ਲੋਕਾਂ ਦੇ, ਰਾਜਨੀਤੀ ਇਹਨਾਂ ਕੰਮਾਂ 'ਤੇ ਕਦੇ ਵੀ ਨਹੀਂ ਕਰਨੀ ਚਾਹੀਦੀ। ਮੈਂ ਅੱਜ ਜੇ ਇੱਥੇ ਆਇਆ ਤਾਂ ਮੈਂ ਇਸੇ ਕਰਕੇ ਆਇਆ ਵੀ ਸੰਗਤ ਨੇ ਦੋਵਾਂ ਪਿੰਡਾਂ ਦੀਆਂ ਨੇ ਮੈਨੂੰ ਹੁਕਮ ਕੀਤਾ ਅਤੇ ਅਸੀਂ ਹੁਕਮ ਦੇ ਬੱਝੇ ਹਾਂ, ਮੈਨੂੰ ਸੰਗਤ ਨੇ ਜਿਤਾਇਆ ਅਤੇ ਅੱਜ ਇਹਦਾ ਜਿਹੜਾ ਹੱਲ ਕਰਨਾ ਆ। ਔਰ ਨੈਸ਼ਨਲ ਹਾਈਵੇ ਦੇ ਲਖਵਿੰਦਰ ਸਿੰਘ ਹੁਣ ਵੀ ਖੜ੍ਹੇ ਆ ਮੇਰੇ ਲਾਗੇ, ਇਹਨਾਂ ਨੂੰ ਮੈਂ ਲਿਖਤੀ ਵੀ ਜਿਹੜਾ ਦੇ ਦਿੱਤਾ ਆਪਣੇ ਲੈਟਰ ਪੈਡ 'ਤੇ ਲਿਖ ਕੇ। ਔਰ ਮੈਂ ਬੇਨਤੀ ਵੀ ਕਰਾਂਗਾ ਲਖਵਿੰਦਰ ਜੀ, ਇਹ ਜਿਹੜਾ ਇਹਦਾ ਜਿਹੜਾ ਪਾਈਪਾਂ ਦਾ ਮਸਲਾ, ਇਹ ਇੱਥੋਂ ਵੀ ਨਾਲ ਹੀ ਪਾਈਪਾਂ ਪਾਉਣੀਆਂ ਨੇ, ਐਸਟੀਮੇਟ 'ਚ ਵੀ ਲੈਣੀਆਂ ਨੇ ਨਾਲ ਹੀ, ਕਿਉਂਕਿ ਇਹਨਾਂ ਦੀ ਜ਼ਮੀਨ ਆ ਬਾਪੂ ਜੀ ਹੋਣਾਂ ਦੀ ਅਤੇ ਇਹਨਾਂ ਦੀ ਫਸਲ ਤੁਸੀਂ ਵੇਖੋ ਵੀ ਉਹ ਪਾਣੀ ਸਾਰਾ ਇਹਨਾਂ ਦੀ ਫਸਲ 'ਚ ਜਾ ਰਿਹਾ, ਸਾਰੀ ਮੂਲੀ ਵੀ ਆ ਖਰਾਬ ਹੁੰਦਾ, ਅਤੇ ਇਹ ਟੋਟਲ ਐਸਟੀਮੇਟ ਬਣਾ ਕੇ ਨੈਸ਼ਨਲ ਹਾਈਵੇ ਲਈ ਦੇ ਛੋਟਾ ਜਿਹਾ ਕੰਮ ਆ। ਆ ਜਿਹੜੀ ਤੁਹਾਨੂੰ ਮੁਸ਼ਕਲ ਸੀ ਵੀ ਅੱਗੇ ਤੁਹਾਡੀ ਜ਼ਮੀਨ ਨਹੀਂ ਐਕਵਾਇਰ ਹੋਈ ਤੇ ਤੁਹਾਨੂੰ ਕੋਈ ਡੱਕੇਗਾ ਨਹੀਂ, ਇਹ ਮੇਰੀ ਗਰੰਟੀ ਹੈ। ਤੁਸੀਂ ਪਾਈਪਾਂ ਪਵਾ ਕੇ ਇਹਦਾ ਮਸਲਾ ਪਰਮਾਨੈਂਟ ਸਲਿਊਸ਼ਨ ਦੇ ਦਿਓ, ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਕਿਸੇ ਕਿਸਾਨ ਵੱਲੋਂ ਮਨਪ੍ਰੀਤ ਵੱਲੋਂ ਕੋਈ ਤੁਹਾਨੂੰ ਦਿੱਕਤ ਨਹੀਂ ਆਏਗੀ। ਅੱਜ ਜਿਹੜੀ ਬਹੁਤ ਦਿਨਾਂ ਤੋਂ ਇਹ ਜਿਹੜੀ ਪ੍ਰੋਬਲਮ ਚੱਲ ਰਹੀ ਸੀਗੀ ਪਾਣੀ ਦੀ, ਅੱਜ MLA ਸਾਹਿਬ ਦੀ ਆਉਣ ਨਾਲ ਇੱਥੇ ਸਾਰੀ ਪ੍ਰੋਬਲਮ ਸੋਲਵ ਹੋ ਗਈ ਹੈ। ਤੇ ਜਿਹੜੇ ਇੱਕ ਵੀਰ ਸਾਡੇ ਮਨਪ੍ਰੀਤ ਜੀ ਹੈ, ਉਹਨਾਂ ਦੇ ਕੁਝ ਪੈਸੇ ਨਹੀਂ ਸੀ ਜ਼ਮੀਨ ਦੇ ਮਿਲੇ, ਤੇ ਉਹਨਾਂ ਦਾ ਵੀ ਜਿਹੜਾ MLA ਸਾਹਿਬ ਦੇ ਸਹਿਯੋਗ ਨਾਲ ਉਹਨਾਂ ਦਾ ਵੀ ਪ੍ਰੋਸੈਸ ਅੱਗੇ ਚਾਲੂ ਹੋ ਗਿਆ ਤੇ ਉਹ ਵੀ ਜਲਦੀ ਹੱਲ ਹੋ ਜਾਣਾ। ਤੇ ਸਾਡੀ ਕੋਸ਼ਿਸ਼ ਇਹ ਰਹੇਗੀ ਵੀ ਅਸੀਂ ਇਹਨਾਂ ਦਾ ਪਰਮਾਨੈਂਟ ਸਲਿਊਸ਼ਨ ਕਰੀਏ ਤੇ ਇਹਨੂੰ ਪਰਮਾਨੈਂਟਲੀ ਇੱਕ ਪੱਕੇ ਨਾਲਾ ਬਣਾ ਕੇ ਦਈਏ। ਤੇ MLA ਸਾਹਿਬ ਨੇ ਜਿਹੜਾ ਇਹ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਹੋਇਆ। ਥੈਂਕ ਯੂ ਜੀ, ਜਿੰਦਾਬਾਦ। ਅੱਜ ਕੱਚਾ ਨਾਲਾ ਤੇ ਅੱਜ ਹੀ ਤਿਆਰ ਹੋ ਰਿਹਾ ਜੀ, ਬਾਕੀ ਇਹਨਾਂ ਭਾਈ ਸਾਹਿਬ ਨੇ ਜੋ ਵੀ ਸਾਨੂੰ MLA ਸਾਹਿਬ ਨੇ ਅੱਗੇ ਰਿਕੁਆਇਰਮੈਂਟ ਦਿੱਤੀ ਹੋਈ ਹੈ ਪੱਕੇ ਨਾਲੇ ਦੀ, ਉਹ ਅਸੀਂ ਆਪਣੀ NHAI ਅਥਾਰਟੀ ਨੂੰ ਦੇ ਰਹੇ ਹਾਂ, ਉਹਨਾਂ ਦੀ ਜਿੱਦਾਂ ਵੀ ਇੰਸਟਰਕਸ਼ਨ ਆਉਂਦੀ ਹੈ ਬਹੁਤ ਜਲਦੀ ਆ ਜਾਂਦੀ, ਜੇ 10 ਜਾਂ 15 ਦਿਨ ਲੱਗਦੇ ਇਹਦੇ ਵਾਸਤੇ, ਉਹ ਜਿਸ ਤਰ੍ਹਾਂ ਵੀ ਆਈ ਆਪਾਂ ਫਿਰ ਉਸ ਹਿਸਾਬ ਨਾਲ ਅੱਗੇ ਕੰਮ ਚਾਲੂ ਕਰ ਦਿਆਂਗੇ। ਸਰਪੰਚ ਸੀ ਉਹਨੇ ਹੀ ਡੱਕਾ ਲਾਇਆ ਸੀਗਾ, ਉਹਦਾ ਹੀ ਡੱਕਾ ਲਾਇਆ, ਲੋਕਾਂ ਨੂੰ ਪਰੇਸ਼ਾਨ ਕੀਤਾ, ਤੰਗ ਕੀਤਾ, ਜਿਹੜਾ ਪਿਛਲੇ ਦਿਨਾਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੇ ਖਿਲਾਇਆ ਸੀ, ਅੱਜ ਫਿਰ ਆਪ ਲਾਤਾ, ਆਪ ਹੀ ਉਹਨੂੰ ਖਿਲਾਉਣ ਚਲੇ ਗਏ। ਇਹਨਾਂ ਨੂੰ ਮਾੜੀ ਫਰਸਟ੍ਰੇਸ਼ਨ ਕੀ ਹੋ ਸਕਦੀ ਆ, ਇਹੋ ਜਿਹੀ ਪ੍ਰਵਿਧੀ
दिमाग की की हो सकती है अजो ते सामने आ आप ही पहला गंद पा लो आप ही उन्होंने सोतन चले जाओ हाँ जी आ बबरी वाले ने सुनो इन्होंने ब्लाक प्रधान ने साढ़े वालों तो हल हो गया और पानी कढ़ता सीना ही बंदा वा उन्हें फिर दोबारा डका लाता हूँ वो आप हार गया उ एक गरीब घर की औरत सरपंच बनी है हूँ आप ही डका लाता तो आप ही चुकन चले गए आ सरपंच साहब साढ़े खड़े ने यह प्यार की भाषा समझते ने ये तो हिख न मारते ने गाला कढ़ते ने इन्हों प्यार कितने आता वा जे प्यार दे हो सियाने ना होंगे ये सद्भावना प्यार भाईचारा ये भाषा नहीं समझते ये बस हिख न मारना समझते हैं।